सोशल मीडिया ते अक्सर कोई ना कोई वीडियो वायरल हुंदी है जो कि चिंता दा विषय बनती है। अजिही एक होर वीडियो अजकल सोशल मीडिया ते तेजी दे नाल वायरल हो रही है जो कि पंजाब पुलिस दी कारगुजारी ते वड्डे सवाल खड़े करदी है, जिसनों देख के अजिहा लगदा है कि जिवें नौजवानों नूं अजकल पुलिस दा कोई डर ही नहीं रहा। ता एक बार तुसी भी देखो सोशल मीडिया ते तेजी दे नाल वायरल हो रही है वीडियो, जिस दे विच एक नौजवान ने अपने कमर कस नाल पिस्टल टंगिया होया ते शराब दी चलदी पट्टी दे कोल सिद्धू मूसेवाला दा गीत लगा के नच रहा है। सो ए वीडियो जिहड़ी है तरन तारण दे कस्बा कच्चा पक्का दी दसी जा रही है। इस वीडियो बाबत जदों साडे पत्रकार रिंपल गोलन दे वलों थाणा कच्चा पक्का दे मुखी बलराज सिंह दे नाल गलबात कीती गई तां उन्हां ने दस्सिया कि यह वीडियो काफ़ी पुरानी है, जिस नूं लैके 2020 दे विच मामला भी दर्ज किया गया सी ते उक्त नौजवान जिहड़ा है वह सज़ा भी पूरी कर चुका है। पर हुण किसे शरारती अंसर वलों इस वीडियो नूं मुड़ तों सोशल मीडिया ते वायरल किया गया। एक ना सर, सोशल मीडिया से एक कच्चे पक्के तो वीडियो वायरल हो रही है जिदे विच एक नौजवान अपने कमर कस्से दे नाल एक पिस्टल लगाया ते एक चालू भट्ठी आ ते सिद्धू मूसेवाले दे गाने ला के जिहड़ा सोशल मीडिया ते वीडियो वायरल की गई। की मामला है सर? सर ये वीडियो की पड़ताल की गई है जी। ये वीडियो पहलों भी सन 2020 वायरल हुई थी, जिदे मुतलका रशपाल सिंह पुत्र साधा सिंह के खिलाफ मुकदमा नंबर 101 मिति 17/7/20 अंडर सैक्शन 61-14 दर्ज रजिस्टर किया गया सी, जो अदालत वालों उन्होंने वो सज़ा भी हो चुकी है। सर की लगता है वीडियो हुण दोबारा किसी ने नैट पर अपलोड कर दी है? शरारती अंसर ने कहे? हाँ, शरारती अंसर ने अपलोड कर दी है। ਤੇ ਹੁਣ ਸਾਰੀ ਦੀ ਕੋਈ ਰਪਟ ਵਗੈਰਾ ਬਣਾ ਕੇ ਭੇਜ ਰਹੇ ਜੋ? ਹਾਂ ਜੀ, ਅਬੇ ਇੱਕ ਪੜਤਾਲ ਕਰ ਲਈ ਦੁਬਾਰਾ ਵੀ ਪਹਿਲਾਂ ਜਿਹੜੀ ਇਹ ਪੁਰਾਣੀ ਹੈ ਵੀਡੀਓ। ਤੇ ਕੀ ਅਪੀਲ ਕੀ ਕਰਨਾ ਚਾਹੋਗੇ ਜਿਹੜੇ ਅਜਿਹੇ ਸ਼ਰਾਰਤੀ ਅਨਸਰ ਵੀਡੀਓ ਵਾਇਰਲ ਕਰਦੇ ਨੇ? ਮੈਂ ਤਾਂ ਇਹਨਾਂ ਸਾਰੇ ਭੈਣ ਭਰਾਵਾਂ ਨੂੰ ਅਪੀਲ ਕਰੂੰਗਾ ਵੀ ਇਹੋ ਜਿਹੀਆਂ ਗਲਤ ਵੀਡੀਓ ਵਾਇਰਲ ਨਾ ਕੀਤੀਆਂ ਜਾਣ, ਜੋ ਵੀ ਅਸਲੀਅਤ ਹੁੰਦੀ ਉਹੀ ਵਾਇਰਲ ਕੀਤੀ ਜਾਵੇ। ਠੀਕ ਹੈ। ਸੋ ਸਕਾਈ ਨਿਊਜ਼ ਪੰਜਾਬ ਦੇ ਲਈ ਤਰਨ ਤਾਰਨ ਤੋਂ ਰਿੰਪਲ ਗੋਲਨ ਦੀ ਰਿਪੋਰਟ। ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ। ਸੋਸ਼ਲ ਮੀਡੀਆ ਤੇ ਅਕਸਰ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਬਣਦੀ ਹੈ। ਅਜਿਹੀ ਇੱਕ ਹੋਰ ਵੀਡੀਓ ਅੱਜਕੱਲ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕਰਦੀ ਹੈ, ਜਿਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਨੌਜਵਾਨਾਂ ਨੂੰ ਅੱਜਕੱਲ ਪੁਲਿਸ ਦਾ ਕੋਈ ਡਰ ਹੀ ਨਹੀਂ ਰਿਹਾ। ਤਾਂ ਇੱਕ ਵਾਰ ਤੁਸੀਂ ਵੀ ਦੇਖੋ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਇਹ ਵੀਡੀਓ, ਜਿਸ ਦੇ ਵਿੱਚ ਇੱਕ ਨੌਜਵਾਨ ਨੇ ਆਪਣੇ ਕਮਰ ਕਸ ਨਾਲ ਪਿਸਟਲ ਟੰਗਿਆ ਹੋਇਆ ਤੇ ਸ਼ਰਾਬ ਦੀ ਚਲਦੀ ਭੱਟੀ ਦੇ ਕੋਲ ਸਿੱਧੂ ਮੂਸੇਵਾਲਾ ਦਾ ਗੀਤ ਲਗਾ ਕੇ ਨੱਚ ਰਿਹਾ। ਸੋ ਇਹ ਵੀਡੀਓ ਜਿਹੜੀ ਹੈ ਤਰਨ ਤਾਰਨ ਦੇ ਕਸਬਾ ਕੱਚਾ ਪੱਕਾ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਬਾਬਤ ਜਦੋਂ ਸਾਡੇ ਪੱਤਰਕਾਰ ਰਿੰਪਲ ਗੋਲਨ ਦੇ ਵੱਲੋਂ ਥਾਣਾ ਕੱਚਾ ਪੱਕਾ ਦੇ ਮੁਖੀ ਬਲਰਾਜ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਵੀਡੀਓ ਕਾਫ਼ੀ ਪੁਰਾਣੀ ਹੈ, ਜਿਸ ਨੂੰ ਲੈ ਕੇ 2020 ਦੇ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ ਸੀ ਤੇ ਉਕਤ ਨੌਜਵਾਨ ਜਿਹੜਾ ਉਹ ਸਜ਼ਾ ਵੀ ਪੂਰੀ ਕਰ ਚੁੱਕਾ ਹੈ। ਪਰ ਹੁਣ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਸ ਵੀਡੀਓ ਨੂੰ ਮੁੜ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ। ਇੱਕ ਨਾ ਸਰ, ਸੋਸ਼ਲ ਮੀਡੀਆ ਤੇ ਇੱਕ ਕੱਚੇ ਪੱਕੇ ਤੋਂ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਇੱਕ ਨੌਜਵਾਨ ਆਪਣੇ ਕਮਰ ਕੱਸੇ ਦੇ ਨਾਲ ਇੱਕ ਪਿਸਟਲ ਲਗਾਇਆ ਤੇ ਇੱਕ ਚਾਲੂ ਭੱਠੀ ਆ ਤੇ ਸਿੱਧੂ ਮੂਸੇਵਾਲੇ ਦੇ ਗਾਣੇ ਲਾ ਕੇ ਜਿਹੜਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਗਈ। ਕੀ ਮਾਮਲਾ ਹੈ ਸਰ? ਸਰ ਇਹ ਵੀਡੀਓ ਦੀ ਪੜਤਾਲ ਕੀਤੀ ਗਈ ਹੈ ਜੀ। ਇਹ ਵੀਡੀਓ ਪਹਿਲਾਂ ਵੀ ਸਨ 2020 'ਚ ਵਾਇਰਲ ਹੋਈ ਸੀ, ਜਿਹਦੇ ਮੁਤਲਕਾ ਰਸ਼ਪਾਲ ਸਿੰਘ ਪੁੱਤਰ ਸਾਧਾ ਸਿੰਘ ਦੇ ਖਿਲਾਫ ਮੁਕਦਮਾ ਨੰਬਰ 101 ਮਿਤੀ 17/7/20 ਅੰਡਰ ਸੈਕਸ਼ਨ 61-14 ਦਰਜ ਰਜਿਸਟਰ ਕੀਤਾ ਗਿਆ ਸੀ, ਜੋ ਅਦਾਲਤ ਵੱਲੋਂ ਉਹਨੂੰ ਉਹਦੇ ਵਿੱਚ ਸਜ਼ਾ ਵੀ ਹੋ ਚੁੱਕੀ ਹੈ। ਸਰ ਕੀ ਲੱਗਦਾ ਵੀਡੀਓ ਹੁਣ ਦੁਬਾਰਾ ਕਿਸੇ ਨੇ ਨੈੱਟ 'ਤੇ ਅਪਲੋਡ ਕਰ ਦਿੱਤੀ ਹੈ? ਸ਼ਰਾਰਤੀ ਅਨਸਰ ਨੇ ਕਿਹਾ? ਹਾਂ, ਸ਼ਰਾਰਤੀ ਅਨਸਰ ਨੇ ਅਪਲੋਡ ਕਰ ਦਿੱਤੀ ਹੈ। ਅਤੇ ਹੁਣ ਸਾਰੀ ਦੀ ਕੋਈ ਰਪਟ ਵਗੈਰਾ ਬਣਾ ਕੇ ਭੇਜ ਰਹੇ ਜੋ? ਹਾਂ ਜੀ, ਅਬੇ ਇੱਕ ਪੜਤਾਲ ਕਰ ਲਈ ਦੁਬਾਰਾ ਵੀ ਪਹਿਲਾਂ ਜਿਹੜੀ ਇਹ ਪੁਰਾਣੀ ਹੈ ਵੀਡੀਓ। ਅਤੇ ਕੀ ਅਪੀਲ ਕੀ ਕਰਨਾ ਚਾਹੋਗੇ ਜਿਹੜੇ ਅਜਿਹੇ ਸ਼ਰਾਰਤੀ ਅਨਸਰ ਵੀਡੀਓ ਵਾਇਰਲ ਕਰਦੇ ਨੇ? ਮੈਂ ਤਾਂ ਇਹਨਾਂ ਸਾਰੇ ਭੈਣ ਭਰਾਵਾਂ ਨੂੰ ਅਪੀਲ ਕਰੂੰਗਾ ਵੀ ਇਹੋ ਜਿਹੀਆਂ ਗਲਤ ਵੀਡੀਓ ਵਾਇਰਲ ਨਾ ਕੀਤੀਆਂ ਜਾਣ, ਜੋ ਵੀ ਅਸਲੀਅਤ ਹੁੰਦੀ ਉਹੀ ਵਾਇਰਲ ਕੀਤੀ ਜਾਵੇ। ਠੀਕ ਹੈ। ਸੋ ਸਕਾਈ ਨਿਊਜ਼ ਪੰਜਾਬ ਦੇ ਲਈ ਤਰਨ ਤਾਰਨ ਤੋਂ ਰਿੰਪਲ ਗੋਲਨ ਦੀ ਰਿਪੋਰਟ। ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।